ਉਸ ਵਕਤ ਲੈ ਕੇ ਅੱਜ ਦਿਨ ਤੱਕ ਨਾ ਇਹਦੀ ਮਨਜ਼ੂਰੀ ਕਰਵਾਈ ਗਈ ਨਾ ਇੱਥੇ ਕਿਸੇ ਕਿਸਮ ਦੀ ਕੋਈ ਡਿਵੈਲਪਮੈਂਟ ਕਰਵਾਈ ਗਈ ਨਾ ਹੀ ਲੋਕਾਂ ਨੂੰ ਰਜਿਸਟਰੀਆਂ ਕਰਵਾ ਕੇ ਦੇ ਰਹੇ ਨੇ ਹੁਣ ਤੇ ਇਤਨੇ ਲੋਕ ਪਰੇਸ਼ਾਨ ਹੈ ਔਰ ਹੁਣ ਤੇ ਇਹ ਹੈ ਕਿ ਉਹ ਆਂਦੇ ਹੀ ਨਹੀਂ ਕਿਸੇ ਦੀ ਗੱਲ ਹੀ ਨਹੀਂ ਸਟਰੀ ਵਾਲਾ ਡਿਵੈਲਪਰ ਬੁਰਦਾਤੋਂ ਅਸਾ ਪਲਾਟ ਇੱਥੇ ਲਿਆ ਸੀ ਇੱਕ ਤਿੰਨ ਮਰਲੇ ਦਾ ਉਹਦੇ ਵਿੱਚ ਪੈਸੇ ਵੀ ਸਾਰੇ ਜਾ ਚੁੱਕੇ ਨੇ ਨਾ ਅਜੇ ਤੱਕ ਪਲਾਟ ਮਿਲਿਆ ਨਾ ਪੈਸੇ ਮਿਲੇ ਨੇ ਔਰ ਡਿਵੈਲਪਰ ਜਿਨ੍ਹਾਂ ਲੋਕਾਂ ਨੂੰ ਪਲਾਟ ਦਿੱਤੇ ਗਏ ਨੇ ਉਹਨਾਂ ਨੇ ਬਿਲਡਿੰਗਾਂ ਬਣਾ ਲੀਆਂ ਨੇ ਉਹਨਾਂ ਦੇ ਉੱਤੇ ਰਜਿਸਟਰੀਆਂ ਨਹੀਂ ਹੋਈਆਂ ਉਹਨਾਂ ਨੂੰ ਫਰਦਾ ਨਹੀਂ ਦਿੱਤੀਆਂ ਗਈਆਂ ਔਰ ਇਹਨਾਂ ਨੇ ਜਿਹੜੀਆਂ ਸਹੂਲਤਾਂ ਆਖਿਆ ਸੀ ਗੈਸ ਸੂਈ ਗੈਸ ਬਿਜਲੀ ਬਾਉਂਡੀ ਵਾਲ ਸੀਵਰੇਜ ਸਿਸਟਮ ਕੋਈ ਵੀ ਨਹੀਂ ਕਰਕੇ ਦਿੱਤਾ ਜੱਬਾਦ ਸ਼ਹਿਰ ਸਿਟੀ ਵਾਲੇ ਜੱਬਾਦ